तस्वीरां हुशियारपुर के हल्का टांडा उड़मुड़दियां ने जिथे कि नैशनल हाईवे ते पैंदे पिंड राजस्थान नज़दीक मोटरसाइकिल सवार प्यो पुत दे उपर एक दरखत का टाणा डिग जांदा है जिस कारण प्यो की मौत हो जाती है ते पुत पूरी तरह नाल सुरक्षित है। मृतक व्यक्ति की पहचान सरबजीत सिंह वजों हुई है जिन्हां की उम्र 50 साल के करीब दसी जा रही है ते दसिया जा रहा है कि उक्त दोवें प्यो पुत मोटरसाइकिल ते सवार होकर किधरे जा रहे सन तो जिवें ही इस थां ते पुजे तो अचानक सिर के उत्ते दरखत का डाणा डिग पिया जिस कारण सरबजीत सिंह की मौके पर ही मौत हो गई। मृतक सरबजीत सिंह खेतीबाड़ी का काम करता सी। घटना की सूचना तो बाद पुलिस भी मौके पर पहुंची तो लाश को कब्जे में लेकर अगलेरी कार्रवाई शुरू कर दी है। हुशियारपुर न्यूज़ के नाल रजिंदर सिंह की रिपोर्ट। तुहाडे फादर साहब का की नाम बच्चा? कितों आ रहे तुसीं? पटियाला तों। ते हादसा किवें होया? ਤੇ ਰੱਖਦੇ ਸੱਟ ਲੱਗੀ। ਨਹੀਂ ਟਾਣਾ ਕਿੱਦਾਂ ਡਿੱਗਿਆ ਉੱਤੋਂ? ਹਵਾਣਾ ਹਵਾਣਾ ਡਿੱਗਿਆ। ਤੇ ਫਾਦਰ ਸਾਹਿਬ ਦੀ ਕਿੰਨੀ ਉਮਰ ਸੀ? 50 ਸਾਲ। ਕੀ ਕਰਦੇ ਫਾਦਰ ਸਾਹਿਬ? ਖੇਤੀਬਾੜੀ। ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜਦੀਆਂ ਨੇ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਰਾਜਸਥਾਨ ਨਜ਼ਦੀਕ ਮੋਟਰਸਾਈਕਲ ਸਵਾਰ ਪਿਓ ਪੁੱਤ ਦੇ ਉੱਪਰ ਇੱਕ ਦਰਖਤ ਦਾ ਟਾਣਾ ਡਿੱਗ ਜਾਂਦਾ ਹੈ ਜਿਸ ਕਾਰਨ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਪੁੱਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। मृतक व्यक्ति की पहचान सरबजीत सिंह वजों हुई है जिन्हां की उम्र 50 साल के करीब दसी जा रही है तो दसिया जा रहा है कि उक्त दोवें प्यो पुत मोटरसाइकिल ते सवार होकर किधरे जा रहे सन तो जिवें ही इस थां ते पुजे तो अचानक सिर के उत्ते दरखत का डाणा डिग पिया जिस कारण सरबजीत सिंह की मौके पर ही मौत हो गई। मृतक सरबजीत सिंह खेतीबाड़ी का काम करता सी। घटना की सूचना तो बाद पुलिस भी मौके पर पहुंची तो लाश को कब्जे में लेकर अगलेरी कार्रवाई शुरू कर दिती है। हुशियारपुर न्यूज़ के नाल रजिंदर सिंह की रिपोर्ट। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਬੱਚਾ? ਸਰਬੀ ਸਿੰਘ। ਹਾਂਜੀ। ਕਿੱਥੋਂ ਆ ਰਹੇ ਤੁਸੀਂ? ਪਟਿਆਲਾ ਤੋਂ। ਤੇ ਹਾਦਸਾ ਕਿਵੇਂ ਹੋਇਆ? ਤੇ ਰੱਖਦੇ ਸੱਟ ਲੱਗੀ। ਨਹੀਂ ਟਾਣਾ ਕਿੱਦਾਂ ਡਿੱਗਿਆ ਉੱਤੋਂ? ਹਵਾਣਾ। ਹਵਾਣਾ ਡਿੱਗਿਆ। ਤੇ ਫਾਦਰ ਸਾਹਿਬ ਦੀ ਕਿੰਨੀ ਉਮਰ ਸੀ? 50 ਸਾਲ। ਕੀ ਕਰਦੇ ਫਾਦਰ ਸਾਹਿਬ? ਖੇਤੀਬਾੜੀ। ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜਦੀਆਂ ਨੇ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਰਾਜਸਥਾਨ ਨਜ਼ਦੀਕ ਮੋਟਰਸਾਈਕਲ ਸਵਾਰ ਪਿਓ ਪੁੱਤ ਦੇ ਉੱਪਰ ਇੱਕ ਦਰਖਤ ਦਾ ਟਾਣਾ ਡਿੱਗ ਜਾਂਦਾ ਹੈ ਜਿਸ ਕਾਰਨ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਪੁੱਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸਰਬਜੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਪਿਓ ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਜਿਵੇਂ ਹੀ ਇਸ ਥਾਂ ਤੇ ਪੁੱਜੇ ਤਾਂ ਅਚਾਨਕ ਸਿਰ ਦੇ ਉੱਤੇ ਦਰਖਤ ਦਾ ਡਾਣਾ ਡਿੱਗ ਪਿਆ ਜਿਸ ਕਾਰਨ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਬੱਚਾ? ਸਰਬਜੀਤ ਸਿੰਘ। ਹਾਂਜੀ। ਕਿੱਥੋਂ ਆ ਰਹੇ ਤੁਸੀਂ? ਪਟਿਆਲਾ ਤੋਂ। ਤੇ ਹਾਦਸਾ ਕਿਵੇਂ ਹੋਇਆ? ਚੇਤੇ ਰੱਖਦੇ ਸੱਟ ਲੱਗੀ। ਨਹੀਂ ਟਾਣਾ ਕਿੱਦਾਂ ਡਿੱਗਿਆ ਉੱਤੋਂ? ਹਵਾਣਾ ਹਵਾਣਾ ਡਿੱਗਿਆ। ਤੇ ਫਾਦਰ ਸਾਹਿਬ ਦੀ ਕਿੰਨੀ ਉਮਰ ਸੀ? 50 ਸਾਲ। ਕੀ ਕਰਦੇ ਫਾਦਰ ਸਾਹਿਬ? ਖੇਤੀਬਾੜੀ। We are a multicultural network community. We groom competent global citizens to effect positive change around them.